ਸਤਿ ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਰਚਨਾ ਸੇਵਕ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਖਬਰਾਂ ਤੇ ਅਮਰੀਕੀ ਅਦਾਲਤ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਨਿਊਯਾਰਕ ਟਾਈਮਜ਼ ਅਤੇ ਤਿੰਨ ਪੱਤਰਕਾਰਾਂ ਨੂੰ $4 ਲੱਖ ਦੇਣ ਦਾ ਹੁਕਮ ਦਿੱਤਾ ਹੈ ਰਿਪੋਰਟ ਅਨੁਸਾਰ ਨਿਊਯਾਰਕ ਦੇ ਇੱਕ ਜੱਜ ਨੇ ਲੋਨ ਧੋਖਾਧੜੀ ਨਾਲ ਸੰਬੰਧਿਤ ਮਾਮਲੇ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਦ ਨਿਊਯਾਰਕ ਟਾਈਮਜ਼ ਨੂੰ ਕਾਨੂੰਨੀ ਫੀਸ ਵਜੋਂ $3,92,638 ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਨਿਊਯਾਰਕ ਟਾਈਮਜ਼ ਅਤੇ ਕੁਝ ਪੱਤਰਕਾਰਾਂ ਨੇ ਟਰੰਪ ਦੀ ਦੌਲਤ ਬਾਰੇ ਖੁਲਾਸਾ ਕੀਤਾ ਸੀ ਕਿ ਟਰੰਪ ਨੇ ਕਰਜ਼ਾ ਲੈਣ ਲਈ ਆਪਣੀ ਦੌਲਤ ਦਾ ਬਿਓਰਾ ਵਧਾ ਕੇ ਪੇਸ਼ ਕੀਤਾ ਇਸ ਤੋਂ ਬਾਅਦ ਟਰੰਪ ਨੇ ਸੰਗਠਨ ਦੇ ਖਿਲਾਫ ਕੇਸ ਦਾਇਰ ਕਰ ਦਿੱਤਾ ਸੀ ਜਦੋਂ ਕਿ ਹੁਣ ਅਦਾਲਤ ਨੇ ਪੱਤਰਕਾਰਾਂ ਅਤੇ ਸੰਗਠਨ ਨੂੰ ਮਾਮਲੇ ਤੋਂ ਵੱਖ ਕਰ ਦਿੱਤਾ ਹੈ ਅਤੇ ਟਰੰਪ ਨੂੰ ਕਾਨੂੰਨੀ ਫੀਸ ਅਦਾ ਕਰਨ ਦੇ ਆਦੇਸ਼ ਦਿੱਤੇ ਨੇ ਇਸ ਦੇ ਨਾਲ ਹੀ ਦ ਨਿਊਯਾਰਕ ਟਾਈਮਜ਼ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੇ ਪਰਿਵਾਰ ਦੀ ਦੌਲਤ ਅਤੇ ਟੈਕਸਾਂ ਦਾ ਖੁਲਾਸਾ ਕਰਨ ਲਈ 2018 ਵਿੱਚ ਪੁਲਿਟਰਜ਼ ਪੁਰਸਕਾਰ ਵੀ ਮਿਲਿਆ ਸੀ ਨਿਊਯਾਰਕ ਦੇ ਜੱਜ ਰਾਬਰਟ ਰੀਡ ਨੇ ਹੁਕਮ 'ਚ ਕਿਹਾ ਕਿ ਮਾਮਲਿਆਂ ਦੀ ਗੁੰਝਲਦਾਰਤਾ ਅਤੇ ਮਾਮਲੇ 'ਚ ਹੋਰ ਤੱਥਾਂ ਨੂੰ ਦੇਖਦੇ ਹੋਏ ਡੋਨਾਲਡ ਟਰੰਪ ਲਈ ਦ ਨਿਊਯਾਰਕ ਟਾਈਮਜ਼ ਅਤੇ ਪੱਤਰਕਾਰਾਂ ਦੇ ਵਕੀਲਾਂ ਨੂੰ ਕਾਨੂੰਨੀ ਫੀਸ ਦੇ ਰੂਪ 'ਚ ਕੁੱਲ $3,92,638 ਦਾ ਭੁਗਤਾਨ ਕਰਨਾ ਪਵੇਗਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਕਿਹਾ ਕਿ ਦੇਸ਼ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਪਿਛਲੇ ਹਫ਼ਤੇ ਹਸਪਤਾਲ ਵਿੱਚ ਭਰਤੀ ਹੋਣ ਬਾਰੇ ਉਹਨਾਂ ਨੂੰ ਜਾਣਕਾਰੀ ਨਾ ਦੇਣਾ ਗਲਤ ਫੈਸਲਾ ਸੀ ਪਰ ਉਹਨਾਂ ਨੂੰ ਆਪਣੇ ਮੰਤਰੀ ਤੇ ਹਾਲੇ ਵੀ ਭਰੋਸਾ ਹੈ ਬਾਈਡਨ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸੀ ਕਿ ਕੀ ਰੱਖਿਆ ਮੰਤਰੀ ਦਾ ਉਹਨਾਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਨਾ ਦੇਣ ਦਾ ਫੈਸਲਾ ਗਲਤ ਸੀ ਜਿਸ ਦਾ ਰਾਸ਼ਟਰਪਤੀ ਬਾਈਡਨ ਨੇ ਹਾਂ ਵਿੱਚ ਜਵਾਬ ਦਿੱਤਾ ਇਹ ਪੁੱਛੇ ਜਾਣ ਤੇ ਕਿ ਉਹਨਾਂ ਨੂੰ ਹਾਲੇ ਵੀ ਆਸਟਿਨ ਦੀ ਲੀਡਰਸ਼ਿਪ ਤੇ ਭਰੋਸਾ ਹੈ ਬਾਈਡਨ ਨੇ ਜਵਾਬ ਦਿੱਤਾ ਹਾਂ ਮੈਂ ਭਰੋਸਾ ਕਰਦਾ ਇਤਿਹਾਸ ਵਿੱਚ ਪਹਿਲੀ ਵਾਰ ਕੈਨੇਡੀਅਨ ਬਾਰਡਰ ਅਫਸਰਾਂ ਨੂੰ ਅਮਰੀਕਾ ਦੀ ਧਰਤੀ ਤੇ ਤੈਨਾਤ ਕੀਤਾ ਜਾ ਰਿਹਾ ਹੈ ਜਦਕਿ ਅਮਰੀਕਾ ਦੇ ਬਾਰਡਰ ਅਫਸਰ ਕੈਨੇਡੀਅਨ ਬਾਰਡਰ ਪੋਸਟਾਂ ਤੇ ਨਜ਼ਰ ਆਉਣਗੇ ਕੈਨੇਡੀਅਨ ਬਾਰਡਰ ਅਫਸਰਾਂ ਦੀ ਯੂਨੀਅਨ ਦੇ ਪ੍ਰਧਾਨ ਮਾਰਕ ਵੈਬਰ ਨੇ ਦੱਸਿਆ ਕਿ ਇਸ ਤਰੀਕੇ ਨਾਲ ਦੋਹਾਂ ਮੁਲਕਾਂ ਨੂੰ ਫਾਇਦਾ ਹੋਵੇਗਾ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕਿਊਬੈਕ ਅਤੇ ਨਿਊਯਾਰਕ ਨੂੰ ਜੋੜਨ ਵਾਲੇ ਛੋਟੇ ਜਿਹੇ ਸਰਹੱਦੀ ਲਾਂਘੇ ਤੋਂ ਕੀਤੀ ਜਾ ਰਹੀ ਹੈ ਇਹ ਲਾਂਘਾ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਦਾ ਹੈ ਅਤੇ ਇੱਥੋਂ ਰੋਜ਼ਾਨਾ ਸਿਰਫ 12 ਤੋਂ 40 ਗੱਡੀਆਂ ਹੀ ਲੰਘਦੀਆਂ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿੱਚ ਟਰੈਵਲਰ ਸਰਵਿਸਿਜ਼ ਇਕਾਈ ਦੇ ਵਾਈਸ ਪ੍ਰੈਜ਼ੀਡੈਂਟ ਡੈਨਿਸ ਬਿਨੇਟ ਨੇ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਅਮਰੀਕਾ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਹੁਣ ਲੱਗਦਾ ਹੈ ਕਿ ਸਹੀ ਸਮਾਂ ਆ ਗਿਆ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਇਸ ਕਦਮ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ ਕੈਨੇਡੀਅਨ ਬਾਰ ਐਸੋਸੀਏਸ਼ਨ ਦੀ ਇਮੀਗ੍ਰੇਸ਼ਨ ਕਾਨੂੰਨ ਇਕਾਈ ਦੇ ਮੈਂਬਰਾਂ ਰਾਬਰਟ ਬਲੈਂਸ਼ੇ ਨੇ ਸਵਾਲ ਉਠਾਇਆ ਕਿ ਕੀ ਅਮਰੀਕਾ ਦੀ ਧਰਤੀ ਤੇ ਮੁਸਾਫਰਾਂ ਨੂੰ ਕੈਨੇਡੀਅਨ ਅਫਸਰਾਂ ਵੱਲੋਂ ਰੋਕੇ ਜਾਣ ਵੇਲੇ ਕੈਨੇਡੀਅਨ ਚਾਰਟਰ ਆਫ ਰਾਈਟਸ ਲਾਗੂ ਹੋਵੇਗਾ ਦੂਜਾ ਸਵਾਲ ਸ਼ਰਨਾਰਥੀਆਂ ਨਾਲ ਸੰਬੰਧਿਤ ਹੈ ਅਤੇ ਉਹਨਾਂ ਬਾਰੇ ਕਿਹੋ ਜਿਹਾ ਰਵੱਈਆ ਇਖਤਿਆਰ ਕੀਤਾ ਜਾਵੇਗਾ ਇਸ ਦੇ ਉਲਟ ਕੈਨੇਡੀਅਨ ਬਾਰਡਰ ਅਫਸਰਾਂ ਦਾ ਦਾਅਵਾ ਹੈ ਕਿ ਇਸ ਕਦਮ ਰਾਹੀਂ ਹਥਿਆਰ ਨਸ਼ੇ ਅਤੇ ਹੋਰ ਗੈਰ ਕਾਨੂੰਨੀ ਵਸਤਾਂ ਨੂੰ ਕੈਨੇਡਾ ਤੋਂ ਦੂਰ ਰੱਖਿਆ ਜਾ ਸਕੇਗਾ ਇੱਥੇ ਦੱਸਣਾ ਬਣਦਾ ਹੈ ਕਿ ਇਹਨਾਂ ਤਜਵੀਜ਼ਸ਼ੁਦਾ ਨਿਯਮਾਂ ਨੂੰ ਚੁੱਪ ਚਪੀਤੇ 16 ਦਸੰਬਰ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਸੀ ਅਮਰੀਕਾ ਵਿੱਚ ਸਰਦੀਆਂ ਦੇ ਤੂਫਾਨ ਤੋਂ ਬਾਅਦ ਮੱਧ ਪੱਛਮੀ ਅਤੇ ਦੱਖਣ ਵਿੱਚ ਉਡਾਨਾਂ ਵਿੱਚ ਦੇਰੀ ਅਤੇ ਰੱਦ ਹੋਣ ਕਾਰਨ ਸੈਂਕੜੇ ਯਾਤਰੀ ਇੱਥੋਂ ਦੇ ਹਵਾਈ ਅੱਡਿਆਂ 'ਤੇ ਫਸ ਗਏ ਨੇ CNN ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ ਹੈ ਰਿਪੋਰਟ 'ਚ ਫਲਾਈਟ ਟਰੈਕਿੰਗ ਵੈਬਸਾਈਟ flightaware.com ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਤੂਫਾਨ ਕਾਰਨ ਹੁਣ ਤੱਕ 2,400 ਤੋਂ ਜ਼ਿਆਦਾ ਉਡਾਨਾਂ 'ਚ ਦੇਰੀ ਹੋਈ ਹੈ ਅਤੇ 2,000 ਤੋਂ ਜ਼ਿਆਦਾ ਰੱਦ ਹੋ ਚੁੱਕੀਆਂ ਨੇ ਸ਼ਿਕਾਗੋ ਦੇ ਓਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੀਆਂ ਲਗਭਗ 40% ਦੀ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਸ਼ਿਕਾਗੋ ਮਿਡਵੇ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਜਾਣ ਅਤੇ ਆਉਣ ਵਾਲੀਆਂ ਦੋਵਾਂ ਉਡਾਨਾਂ ਵਿੱਚੋਂ ਲਗਭਗ 60% ਰੱਦ ਕਰ ਦਿੱਤੀਆਂ ਨੇ ਇਸ ਦੌਰਾਨ ਹੋਰ ਪ੍ਰਭਾਵਿਤ ਹਵਾਈ ਅੱਡਿਆਂ ਵਿੱਚ ਡੈਨਵਰ ਇੰਟਰਨੈਸ਼ਨਲ ਅਤੇ ਮਿਲਵਾਕੀ ਮਿਸ਼ੇਲ ਇੰਟਰਨੈਸ਼ਨਲ ਸ਼ਾਮਲ ਨੇ ਇਸ ਤੋਂ ਇਲਾਵਾ ਸਥਿਤੀ ਨੇ ਖੇਤਰ ਵਿੱਚ ਬਿਜਲੀ ਸਪਲਾਈ ਨੂੰ ਵੀ ਪ੍ਰਭਾਵਿਤ ਕੀਤਾ ਹੈ ਦੱਖਣ ਵਿੱਚ ਭਿਆਨਕ ਬਰਫੀਲੇ ਤੂਫਾਨ ਦੀ ਸਥਿਤੀ ਪੈਦਾ ਹੋਣ ਕਾਰਨ ਬਿਜਲੀ ਕਟੌਤੀ ਵੱਧ ਗਈ ਹੈ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਦੇ ਝੱਖੜ ਨੇ 150 ਮਿਲੀਅਨ ਤੋਂ ਵੱਧ ਅਮਰੀਕੀਆਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕੀਤਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ ਲਾਲ ਸਾਗਰ ਵਿੱਚ ਹੋ ਰਹੇ ਹਮਲਿਆਂ ਗਾਜ਼ਾ ਪੱਟੀ ਅਤੇ ਯੂਕਰੇਨ ਬਾਰੇ ਚਰਚਾ ਕੀਤੀ ਹੈ ਅਮਰੀਕਾ ਨੇ ਭਾਰਤ ਵੱਲੋਂ ਲਾਲ ਸਾਗਰ ਵਿੱਚ ਆਵਾਜਾਈ ਦੀ ਆਜ਼ਾਦੀ ਦੀ ਰਾਖੀ ਲਈ ਨਿਭਾਈ ਜਾ ਰਹੀ ਭੂਮਿਕਾ ਦਾ ਸਵਾਗਤ ਕੀਤਾ ਹੈ ਉਹਨਾਂ ਕਿਹਾ ਕਿ ਭਾਰਤ ਨੇ ਇਸ ਮਾਮਲੇ ਵਿੱਚ ਸਹਿਯੋਗ ਵਧਾਇਆ ਹੈ ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚ ਹੂਤੀ ਬਾਗੀਆਂ ਨੇ ਲਗਾਤਾਰ ਹਮਲੇ ਕੀਤੇ ਨੇ ਦੋਵਾਂ ਆਗੂਆਂ ਨੇ ਵੀਰਵਾਰ
ਸ਼ੁੱਕਰਵਾਰ ਇਸ ਸੰਬੰਧੀ ਸਾਂਝੇ ਫਿਕਰਾਂ ਉੱਤੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਵਿਦੇਸ਼ ਮੰਤਰੀ ਜੈਸ਼ੰਕਰ ਤੇ ਬਲਿੰਕਨ ਨੇ ਦੱਖਣੀ ਲਾਲ ਸਾਗਰ ਤੇ ਅਦਨ ਦੀ ਖਾੜੀ ਵਿੱਚ ਹੂਤੀਆਂ ਦੇ ਹਮਲੇ ਬਾਰੇ ਸਾਂਝੇ ਫਿਕਰਾਂ ਉੱਤੇ ਵਿਚਾਰ ਵਟਾਂਦਰਾ ਕੀਤਾ। ਇਸ ਨਾਲ ਵਪਾਰ ਤੇ ਬੇਕਸੂਰ ਕਰਮਚਾਰੀਆਂ ਲਈ ਖਤਰਾ ਖੜਾ ਹੋ ਰਿਹਾ ਹੈ ਤੇ ਨਾਲ ਹੀ ਕੌਮਾਂਤਰੀ ਕਾਨੂੰਨ ਦੀ ਵੀ ਉਲੰਘਣਾ ਹੋ ਰਹੀ ਹੈ। ਜੇਕਰ ਤੁਹਾਡੇ ਕੋਲ ਸਾਲ 2017 ਦੇ ਦਸੰਬਰ ਮਹੀਨੇ ਤੋਂ ਪਹਿਲਾਂ ਦੇ ਆਈਫੋਨ ਨੇ ਤਾਂ ਤੁਸੀਂ ਛੇਤੀ ਹੀ ਐਪਲ ਤੋਂ ਭੁਗਤਾਨ ਲਈ ਯੋਗ ਹੋ ਸਕਦੇ ਹੋ। ਜ਼ਿਕਰਯੋਗ ਹੈ ਕਿ ਕਲਾਸ ਐਕਸ਼ਨ ਮੁਕੱਦਮੇ ਦਾ ਨਿਪਟਾਰਾ ਕਰਨ ਲਈ ਐਪਲ ਨੇ $11 ਮਿਲੀਅਨ ਤੋਂ ਵੱਧ ਦਾ ਭੁਗਤਾਨ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਹ ਨਿਪਟਾਰਾ ਕੁਝ ਖਾਸ iOS ਸੌਫਟਵੇਅਰ 'ਚ ਨੁਕਸ, ਕਾਰਗੁਜ਼ਾਰੀ ਘਟਣ ਦੇ ਦੋਸ਼ਾਂ ਜਿਵੇਂ ਸਮੇਂ ਤੋਂ ਪਹਿਲਾਂ ਫੋਨ ਦਾ ਖਤਮ ਹੋਣਾ ਅਤੇ ਅਚਾਨਕ ਬੰਦ ਹੋ ਜਾਣਾ ਅਤੇ ਬੈਟਰੀ ਕਾਰਗੁਜ਼ਾਰੀ ਸੰਬੰਧੀ ਸਮੱਸਿਆਵਾਂ ਨੂੰ ਲੈ ਕੇ ਹੈ। ਪ੍ਰਸਤਾਵਿਤ ਸਮਝੌਤੇ ਦੀਆਂ ਸ਼ਰਤਾਂ ਦਾ ਵੇਰਵਾ ਦੇਣ ਵਾਲੀ ਇੱਕ ਵੈਬਸਾਈਟ ਵਿੱਚ ਲਿਖਿਆ ਗਿਆ ਹੈ। ਇਹ ਸਮਝੌਤਾ ਐਪਲ ਵੱਲੋਂ ਜ਼ਿੰਮੇਵਾਰੀ, ਗਲਤ ਕੰਮ ਜਾਂ ਨੁਕਸ ਦੀ ਮਨਜ਼ੂਰੀ ਨਹੀਂ ਹੈ ਜੋ ਇਸ ਦੇ ਵਿਰੁੱਧ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਤੀਜੇ ਧਿਰ ਦੇ ਪ੍ਰਸ਼ਾਸਕ ਐਪਿਕ ਦੁਆਰਾ ਬਣਾਈ ਗਈ ਸਾਈਟ ਉਪਭੋਗਤਾਵਾਂ ਨੂੰ ਇਹ ਨਿਰਧਾਰਤ ਕਰਨ ਲਈ ਸਮਝੌਤੇ ਬਾਰੇ ਸ਼ੁਰੂਆਤੀ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਉਹ ਯੋਗ ਹੈ ਨੇ ਜਾਂ ਨਹੀਂ। ਇਹ ਕੇਸ BC ਦੀ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਜਿਸ ਨੇ ਅਜੇ ਤੱਕ ਨਿਪਟਾਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਕਿਊਬਿਕ ਤੋਂ ਬਾਹਰ ਦੇ ਕੈਨੇਡੀਅਨ ਜਿਨ੍ਹਾਂ ਕੋਲ ਹੇਠ ਲਿਖੀਆਂ ਡਿਵਾਈਸਾਂ ਨੇ ਉਹ ਪ੍ਰਤੀ ਫੋਨ $150 ਤੱਕ ਦੇ ਭੁਗਤਾਨ ਲਈ ਯੋਗ ਹੋ ਸਕਦੇ ਨੇ। iOS 11.2 ਜਾਂ ਇਸ ਤੋਂ ਬਾਅਦ ਵਾਲੇ ਐਪਲ ਆਈਫੋਨ 7 ਜਾਂ 7 ਪਲੱਸ 21 ਦਸੰਬਰ 2017 ਤੋਂ ਪਹਿਲਾਂ ਸਥਾਪਿਤ ਜਾਂ ਡਾਊਨਲੋਡ ਕੀਤੇ ਗਏ ਫੋਨ ਬਾਰੇ BC ਦੀ ਸੁਪਰੀਮ ਕੋਰਟ 29 ਜਨਵਰੀ ਨੂੰ ਨਿਪਟਾਰੇ ਨੂੰ ਮਨਜ਼ੂਰੀ ਦੇਣ ਬਾਰੇ ਫੈਸਲਾ ਕਰੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕ ਕਲਾਸ ਐਕਸ਼ਨ ਮੁਕੱਦਮੇ ਦੇ ਮੈਂਬਰਾਂ ਵਜੋਂ ਆਨਲਾਈਨ ਅਰਜ਼ੀ ਦੇ ਸਕਣਗੇ। ਇੱਕ ਪਾਸੇ ਜਿੱਥੇ ਅਯੋਧਿਆ ਵਿੱਚ 22 ਜਨਵਰੀ ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਨੇ, ਉੱਥੇ ਹੀ ਯੂਰਪ ਤੋਂ ਲੈ ਕੇ ਅਮਰੀਕਾ ਤੱਕ ਵੀ ਇਸ ਸਮਾਗਮ ਨੂੰ ਲੈ ਕੇ ਰਾਮ ਭਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੈਰਿਸ ਦੇ ਐਫਿਲ ਟਾਵਰ ਤੋਂ ਲੈ ਕੇ ਅਮਰੀਕਾ ਦੇ ਟਾਈਮਸ ਸਕੁਆਇਰ ਤੱਕ ਹਿੰਦੂ ਇਸ ਸਮਾਗਮ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਨੇ। 21 ਜਨਵਰੀ ਨੂੰ ਪੈਰਿਸ 'ਚ ਰਾਮ ਰੱਥ ਯਾਤਰਾ ਕੱਢੀ ਜਾਵੇਗੀ ਜਿਸ 'ਚ ਪੂਰੇ ਯੂਰਪ ਤੋਂ ਲੋਕ ਸ਼ਾਮਿਲ ਹੋਣਗੇ। ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਮਰੀਕਾ ਦੇ ਰਾਜ ਵਾਸ਼ਿੰਗਟਨ, ਸ਼ਿਕਾਗੋ ਅਤੇ ਹੋਰ ਅਮਰੀਕੀ ਸ਼ਹਿਰਾਂ ਵਿੱਚ ਇੱਕ ਵਿਸ਼ਾਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਨਿਊਯਾਰਕ ਦੇ ਟਾਈਮਸ ਸਕੁਆਇਰ ਵਿਖੇ ਪ੍ਰਾਣ ਪ੍ਰਤਿਸ਼ਠਾ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਾਣ ਪ੍ਰਤਿਸ਼ਠਾ ਭਾਰਤੀ ਸਮੇਂ ਮੁਤਾਬਕ ਦੁਪਹਿਰ 12:30 ਵਜੇ ਹੋਵੇਗੀ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਸਮੇਂ ਪੈਰਿਸ ਵਿੱਚ ਸਵੇਰ ਅਤੇ ਅਮਰੀਕਾ ਵਿੱਚ ਦੇਰ ਰਾਤ ਹੋਵੇਗੀ। ਅਮਰੀਕਾ ਅਤੇ ਬ੍ਰਿਟੇਨ ਨੇ ਯਮਨ ਦੇ ਹੂਤੀ ਬਾਗੀਆਂ ਦੇ ਟਿਕਾਣਿਆਂ 'ਤੇ ਫਿਰ ਤੋਂ ਹਵਾਈ ਹਮਲੇ ਕੀਤੇ ਨੇ। ਲਾਲ ਸਾਗਰ 'ਚ ਹੂਤੀ ਦੇ ਵੱਧਦੇ ਹਮਲਿਆਂ ਦੇ ਜਵਾਬ 'ਚ ਬ੍ਰਿਟਿਸ਼ ਅਤੇ ਅਮਰੀਕੀ ਬਲਾਂ ਨੇ ਵੀਰਵਾਰ ਨੂੰ ਪਹਿਲਾ ਹਮਲਾ ਕੀਤਾ। ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਫਿਰ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ ਯਮਨ 'ਚ ਬੰਬਾਰੀ ਕੀਤੀ। ਅਮਰੀਕੀ ਫੌਜ ਨੇ ਯਮਨ ਵਿੱਚ ਹੂਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਈ ਖਤਰਨਾਕ ਹਥਿਆਰਾਂ ਦੀ ਵਰਤੋਂ ਕੀਤੀ ਹੈ। ਇਸ ਵਿੱਚ ਟੌਮਹਾਕ ਮਿਜ਼ਾਈਲਾਂ, ਜੈੱਟ ਅਤੇ ਰੀਪਰ ਡਰੋਨ ਵੀ ਸ਼ਾਮਿਲ ਨੇ। ਅਮਰੀਕੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹਨਾਂ ਦੀਆਂ ਫੌਜਾਂ ਨੇ ਲਾਲ ਸਾਗਰ ਸ਼ਿਪਿੰਗ 'ਤੇ ਹਮਲਾ ਕਰਨ ਦੀ ਹੂਤੀ ਦੀ ਸਮਰੱਥਾ ਨੂੰ ਘਟਾਉਣ ਲਈ ਯਮਨ ਦੇ ਕਈ ਸਥਾਨਾਂ 'ਤੇ ਹਮਲੇ ਕੀਤੇ। ਇਹ ਹਮਲੇ ਲੜਾਕੂ ਜਹਾਜ਼ਾਂ ਅਤੇ ਟੌਮਹਾਕ ਮਿਜ਼ਾਈਲਾਂ ਦੁਆਰਾ ਕੀਤੇ ਗਏ ਸਨ ਜਿਸ ਵਿੱਚ ਹੂਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰਾਤ ਦੇ ਹਨੇਰੇ ਵਿੱਚ US ਬਲਾਂ ਨੇ RAF ਟਾਈਫੂਨ ਅਤੇ USF-35 ਲਾਈਟਨਿੰਗ ਸਟੀਲਥ ਜੈੱਟਾਂ ਦੇ ਨਾਲ ਹੂਤੀ ਟਿਕਾਣਿਆਂ 'ਤੇ ਹਮਲਾ ਕੀਤਾ, ਜਦੋਂ ਕਿ ਅਮਰੀਕੀ ਜੰਗੀ ਜਹਾਜ਼ਾਂ ਨੇ ਮਾਰੂ 1,000 ਪਾਉਂਡ ਮਿਜ਼ਾਈਲਾਂ ਦਾਗੀਆਂ। ਯਮਨ 'ਚ ਹਮਲੇ ਨੂੰ ਲੈ ਕੇ ਗੁੱਸੇ 'ਚ ਆਏ ਹੂਤੀ ਬਾਗੀਆਂ ਨੇ ਅਮਰੀਕਾ ਅਤੇ ਬ੍ਰਿਟਿਸ਼ ਜੰਗੀ ਜਹਾਜ਼ਾਂ ਖਿਲਾਫ਼ ਜੰਗ ਦਾ ਐਲਾਨ ਕੀਤਾ ਹੈ। ਅਮਰੀਕੀ ਫੌਜ ਵੱਲੋਂ ਰੀਪਰ ਡਰੋਨ ਦੀ ਵਰਤੋਂ ਵੀ ਕੀਤੀ ਗਈ ਹੈ। ਲੜਾਈ ਵਿੱਚ ਪਾਵਵੇ ਬੰਬ ਵੀ ਵਰਤੇ ਜਾ ਰਹੇ ਨੇ ਜੋ ਹਮਲੇ ਤੋਂ ਪਹਿਲਾਂ ਟੀਚਿਆਂ ਦਾ ਪਤਾ ਲਗਾਉਣ ਲਈ GPS ਅਤੇ ਲੇਜ਼ਰ ਦੋਵਾਂ ਦੀ ਵਰਤੋਂ ਕਰਦੇ ਨੇ। ਇਹਨਾਂ ਬੰਬਾਂ ਦੀ ਵਰਤੋਂ ਸਭ ਤੋਂ ਪਹਿਲਾਂ ਬਰਤਾਨੀਆ ਨੇ 2008 ਵਿੱਚ ਅਫਗਾਨਿਸਤਾਨ ਵਿੱਚ ਆਪਰੇਸ਼ਨ ਹੈਰਿਕ ਵਿੱਚ ਕੀਤੀ ਸੀ ਅਤੇ ਬਾਅਦ ਵਿੱਚ ਲੀਬੀਆ, ਇਰਾਕ ਅਤੇ ਸੀਰੀਆ ਵਿੱਚ ਆਪਰੇਸ਼ਨਾਂ ਵਿੱਚ ਵਰਤਿਆ ਗਿਆ। ਇਜ਼ਰਾਈਲ ਦੇ ਖਿਲਾਫ ਨਸਲਕੁਸ਼ੀ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਅਦਾਲਤ 'ਚ ਦੂਜੇ ਦਿਨ ਵੀ ਸੁਣਵਾਈ ਹੋਈ। ਇਹ ਮਾਮਲਾ ਦੱਖਣੀ ਅਫਰੀਕਾ ਨੇ ਦਾਇਰ ਕੀਤਾ ਹੈ। ਇਜ਼ਰਾਈਲ ਨੇ ਆਪਣੇ ਬਚਾਅ 'ਚ ਕਿਹਾ, ਦੁਨੀਆ ਦੇ ਸਾਹਮਣੇ ਇੱਕ ਪਾਸੜ ਤੱਥ ਪੇਸ਼ ਕੀਤੇ ਜਾ ਰਹੇ ਨੇ, ਝੂਠ ਪੇਸ਼ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜਰਮਨੀ ਨੇ ਇਜ਼ਰਾਈਲ ਦਾ ਬਚਾਅ ਕੀਤਾ ਹੈ। ਜਰਮਨੀ ਨੇ ਕਿਹਾ, ਜੇਕਰ ਕੋਈ ਤੁਹਾਡੇ ਦੇਸ਼ 'ਚ ਦਾਖਲ ਹੋ ਕੇ ਬਾਰ ਬਾਰ ਹਮਲਾ ਕਰਦਾ ਹੈ ਤਾਂ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਹੈ। ਹਮਾਸ ਨੇ ਇਜ਼ਰਾਈਲ ਵਿੱਚ ਹਜ਼ਾਰਾਂ ਲੋਕਾਂ ਨੂੰ ਮਾਰਿਆ ਸੀ। ਨੀਦਰਲੈਂਡ ਦੇ ਹੇਗ ਵਿੱਚ ICJ ਦੀ ਸੁਣਵਾਈ ਦੌਰਾਨ ਇਜ਼ਰਾਈਲੀ ਪੱਖ ਨੇ ਸ਼ੁੱਕਰਵਾਰ ਨੂੰ ਦਲੀਲਾਂ ਪੇਸ਼ ਕੀਤੀਆਂ। ਇਜ਼ਰਾਈਲ ਦੇ ਕਾਨੂੰਨੀ ਸਲਾਹਕਾਰ ਤਾਲ ਬੇਕਰ ਨੇ ਕਿਹਾ, ਅਸੀਂ ਅਜਿਹੇ ਯੁੱਗ ਵਿੱਚ ਰਹਿ ਰਹੇ ਹਾਂ ਜਿੱਥੇ ਸ਼ਬਦਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਝੂਠ ਫੈਲਾਇਆ ਜਾ ਰਿਹਾ ਹੈ। ਕੁਝ ਲੋਕ ਇਸ ਘਟਨਾ ਦਾ ਗਲਤ ਫਾਇਦਾ ਉਠਾ ਰਹੇ ਨੇ। ਦੱਖਣੀ ਅਫਰੀਕਾ ਨੇ ਵੀ ਦੁਨੀਆ ਸਾਹਮਣੇ ਸਿਰਫ ਝੂਠ ਹੀ ਪੇਸ਼ ਕੀਤਾ ਹੈ। ਬੇਕਰ ਨੇ ਕਿਹਾ, ਦੱਖਣੀ ਅਫਰੀਕਾ ਨੇ ਜਾਣ ਬੁੱਝ ਕੇ ਸੱਚਾਈ ਪੇਸ਼ ਕਰਨ ਤੋਂ ਇਨਕਾਰ ਕੀਤਾ ਹੈ। ਕਾਨੂੰਨ ਰਾਹੀਂ ਦੁਨੀਆ ਨੂੰ ਗੁੰਮਰਾਹ ਕਰਨ ਦੇ ਯਤਨ ਕੀਤੇ ਜਾ ਰਹੇ ਨੇ।
ਕੀ ਦੱਖਣੀ ਅਫਰੀਕਾ 7 ਅਕਤੂਬਰ ਨੂੰ ਇਜ਼ਰਾਈਲ ਵਿੱਚ ਦਾਖਲ ਹੋ ਕੇ ਹਮਾਸ ਨੇ ਜੋ ਕੁਝ ਵੀ ਕੀਤਾ ਉਸ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਅਜਿਹੀਆਂ ਕਈ ਤਾਕਤਾਂ ਨੇ ਜੋ ਇਜ਼ਰਾਈਲ ਵਿਰੁੱਧ ਸਾਜ਼ਿਸ਼ ਰਚ ਰਹੀਆਂ ਨੇ ਅਤੇ ਇਸ ਲਈ ਕਾਨੂੰਨ ਅਤੇ ਮੀਡੀਆ ਦੀ ਮਦਦ ਲਈ ਜਾ ਰਹੀ ਹੈ। ਜਰਮਨੀ ਨੇ ਵੀ ਦੱਖਣੀ ਅਫਰੀਕਾ ਦੇ ਇਜ਼ਰਾਈਲ ਤੇ ਲਾਏ ਦੋਸ਼ਾਂ ਦੇ ਖਿਲਾਫ ਆਵਾਜ਼ ਉਠਾਈ ਹੈ। ਜਰਮਨ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਜ਼ਰਾਈਲ ਤੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਨਾਲ ਝੂਠੇ ਨੇ ਅਤੇ ਉਹ ਉਹਨਾਂ ਖਿਲਾਫ ਸਬੂਤ ਵੀ ਪੇਸ਼ ਕਰੇਗੀ। ਜਰਮਨ ਸਰਕਾਰ ਦੇ ਬੁਲਾਰੇ ਸਟੀਫਨ ਹੈਪਸਟ੍ਰੇਟ ਨੇ ਕਿਹਾ, 7 ਅਕਤੂਬਰ ਨੂੰ ਇਜ਼ਰਾਈਲ ਦੇ ਖਿਲਾਫ ਜੋ ਹੋਇਆ ਉਸ ਬਾਰੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ? ਇਸ ਵਾਰ ਜੰਗ ਕਿਸਨੇ ਸ਼ੁਰੂ ਕੀਤੀ? ਕੀ ਤੁਸੀਂ ਚੁੱਪ ਰਹੋਗੇ ਜੇਕਰ ਤੁਹਾਡੇ ਦੇਸ਼ ਤੇ ਹਮਲਾ ਹੁੰਦਾ ਹੈ, ਔਰਤਾਂ ਨਾਲ ਬਲਾਤਕਾਰ ਹੁੰਦਾ ਹੈ, ਬੱਚੇ ਅਗਵਾ ਹੁੰਦੇ ਨੇ? ਦੱਖਣੀ ਅਫਰੀਕਾ ਨੂੰ ਦੋਸ਼ ਲਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਸੀ। ਸਟੀਫਨ ਨੇ ਅੱਗੇ ਕਿਹਾ, ਅੱਜ ਇਜ਼ਰਾਈਲ ਜੋ ਵੀ ਕਰ ਰਿਹਾ ਹੈ ਅਸਲ ਵਿੱਚ ਉਸ ਦੀ ਸੁਰੱਖਿਆ ਲਈ ਹੈ। ਅਸੀਂ ਵੀ ਹਮਾਸ ਵਰਗੇ ਆਤੰਕ ਦਾ ਸਾਹਮਣਾ ਕੀਤਾ ਹੈ, ਹਰ ਕਿਸੇ ਨੇ ਸਰਵਨਾਸ਼ ਵੀ ਦੇਖਿਆ ਹੈ। ਸੱਚਾਈ ਇਹ ਹੈ ਕਿ ਇਹ ਮਾਮਲਾ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਸੀ, ਪਰ ਹਮਾਸ ਨੇ ਅਜਿਹਾ ਨਹੀਂ ਹੋਣ ਦਿੱਤਾ। ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਲੜਾਈ ਵਿੱਚ ਤਕਰੀਬਨ 5,000 ਲੋਕ ਮਾਰੇ ਗਏ ਸਨ। ਇਸ ਦੌਰਾਨ ਗਾਜ਼ਾ ਦੇ ਅਲ ਅਹਿਲੀ ਹਸਪਤਾਲ 'ਚ ਧਮਾਕਾ ਹੋਇਆ ਜਿਸ 'ਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਹਮਾਸ ਅਤੇ ਇਜ਼ਰਾਈਲ ਇਸ ਹਮਲੇ ਲਈ ਇੱਕ ਦੂਜੇ 'ਤੇ ਦੋਸ਼ ਲਗਾ ਰਹੇ ਨੇ। ਇਸ ਦੌਰਾਨ ਹਮਾਸ ਨੇ ਇਜ਼ਰਾਈਲ 'ਤੇ ਇੱਕ ਹੋਰ ਇਲਜ਼ਾਮ ਲਗਾਇਆ ਹੈ। ਉਸ ਨੇ ਇਜ਼ਰਾਈਲ 'ਤੇ ਗਿਰਜਾ ਘਰ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਹਮਾਸ ਦੇ ਕੰਟਰੋਲ ਵਾਲੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਦੇ ਇੱਕ ਚਰਚ ਵਿੱਚ ਸ਼ਰਨ ਲੈਣ ਵਾਲੇ ਕਈ ਲੋਕ ਵੀਰਵਾਰ ਦੇਰ ਰਾਤ ਹੋਏ ਹਮਲੇ ਵਿੱਚ ਮਾਰੇ ਗਏ ਨੇ। ਮੰਤਰਾਲੇ ਨੇ ਕਿਹਾ ਕਿ ਗ੍ਰੀਕ ਆਰਥੋਡਾਕਸ ਚਰਚ ਦੇ ਅਹਾਤੇ 'ਤੇ ਹੋਏ ਹਮਲੇ 'ਚ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਸਨ, ਕਈ ਜ਼ਖਮੀ ਵੀ ਹੋਏ ਨੇ। ਚਸ਼ਮਦੀਦਾਂ ਨੇ ਦੱਸਿਆ ਕਿ ਫਲਸਤੀਨੀ ਖੇਤਰ ਵਿੱਚ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ਦੇ ਬਹੁਤ ਸਾਰੇ ਨਿਵਾਸੀਆਂ ਨੇ ਚਰਚ ਵਿੱਚ ਸ਼ਰਨ ਲਈ ਸੀ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਇਹ ਹਮਲਾ ਕਿਸੇ ਧਾਰਮਿਕ ਸਥਾਨ ਦੇ ਕੋਲ ਕੀਤਾ ਗਿਆ ਹੋਵੇ। ਇਸ ਦੇ ਨਾਲ ਹੀ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਕਥਿਤ ਹਮਲੇ ਦੀ ਜਾਂਚ ਕਰ ਰਹੀ ਹੈ। ਦੋਵਾਂ ਪਾਸਿਆਂ ਤੋਂ ਹੋ ਰਹੇ ਹਮਲਿਆਂ ਵਿੱਚ ਹੁਣ ਤੱਕ ਕਰੀਬ 5,000 ਲੋਕ ਆਪਣੀ ਜਾਨ ਗੁਆ ਚੁੱਕੇ ਨੇ। ਇਹਨਾਂ 'ਚ ਇੱਕ ਵੱਡਾ ਅੰਕੜਾ ਹਸਪਤਾਲ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦਾ ਹੈ। ਇਸ ਦੌਰਾਨ ਵੀਰਵਾਰ ਨੂੰ ਵੈਸਟ ਬੈਂਕ 'ਚ ਇਜ਼ਰਾਈਲੀ ਬਲਾਂ ਅਤੇ ਫਲਸਤੀਨੀਆਂ ਵਿਚਾਲੇ ਝੜਪ ਹੋਈ। ਇਸ ਦੌਰਾਨ ਇਜ਼ਰਾਈਲ ਦੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ। ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਹਮਾਸ ਨੇ ਘੱਟੋ ਘੱਟ 100 ਲੋਕਾਂ ਨੂੰ ਬੰਧਕ ਬਣਾ ਲਿਆ। ਤੇ ਇਹ ਸਨ ਹੁਣ ਤੱਕ ਦੀਆਂ ਖ਼ਬਰਾਂ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ TV ਪੰਜਾਬ।